ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਜੋਮੈਟਿਕੀ ਸੋਲੂਸ਼ਨ ਤੇ ਹਰ ਇੱਕ ਖਬਰ ਤੁਹਾਡੀ ਨਜ਼ਰ ਹਰ ਰੋਜ਼ ਨਵੀਆਂ ਤੇ ਤਾਜ਼ਾ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਗੱਲ ਕਰਾਂਗੇ ਪਹਿਲਾਂ ਪੰਜਾਬ ਚ ਰਾਸ਼ਪਤਰੀ ਸ਼ਾਸਨ ਤੇ ਬਾਰੇ ਕੈਪਟਨ ਜ਼ਰੂਰਤਪਈ ਦਾ ਤੁਰੰਤ ਦੇਵਾਂਗੇ ਅਸਤੀਵਾ ਦਿਵਾਲੀ ਦੇ ਪਟਾਕੇ ਚਲਾ ਕੇ ਖੁਸ਼ੀ ਮਨਾਉਣ ਵਾਲਿਆਂ ਦੀਆਂ ਅੱਖਾਂ ਚ ਅੰਜੂ ਕੱਢੇਗਾ ਪਿਆਜ ਭਾਰਤ ਚ ਆ ਸਕਦੀ ਹੈ ਕਰੋਨਾ ਦੀ ਇੱਕ ਹੋਰ ਲਹਿਰ ਜਾਣੋ ਪੂਰੀ ਰਿਪੋਰਟ 2 ਨਵੰਬਰ ਤੋਂ ਖੁੱਲਣਗੇ ਕੇਵੀ ਨਮੋਦਯਾ ਬਦਲਿਆ ਮੰਤਰਾਲਿਆਂ ਨੇ ਜਾਰੀ ਕੀਤੀਆਂ ਗਾਈਡਲਾਈਨਸ ਐਮਐਸਪੀ ਤੋਂ ਘੱਟ ਕਿੰਤ ਦਿਨ ਲਈ ਦੇਣਗੀ ਤਾਂ 3 ਸਾਲ ਦੀ ਸਜ਼ਾ ਹੋਵੇਗੀ ਬੇਨਸਾਫੀ ਸਿਰ ਅਗੇ ਝੁਕਾਉਂਦੀ ਥਾਂ ਅਸਤੀਫਾ ਦੇਣ ਲਈ ਤਿਆਰਾਂ ਜੇਬ ਚ ਰੱਖਦਾ ਹਾਂ ਆਪਣਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਕਾਲੇ ਕਾਨੂੰਨ ਦੇ ਮੂੰਹ ਤੇ ਚਪੇੜ ਮੁੱਖ ਮੰਤਰੀ ਕੈਪਟਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ਪੀਐਮ ਮੋਦੀ ਨੇ ਕਿਹਾ ਵੈਕਸੀਨ ਇੱਕ ਇੱਕ ਨਾਗਰਿਕ ਤੱਕ ਪਹੁੰਚਾਉਣ ਦੀ ਤਿਆਰੀ ਜਾਰੀ ਯੂਨੀਵਰਸਿਟੀ ਐਡਮਿਸ਼ਨ ਲੈਣ ਜਾ ਰਹੇ ਮੁੰਡਿਆਂ ਦਾ ਐਕਸੀਡੈਂਟ 2 ਦੀ ਮੌਤ ਤੇ 2 ਗੰਭੀਰ ਜ਼ਖਮੀ ਪ੍ਰੈਨਾਂ ਚ ਬਜ਼ੁਰਗਰ ਨੂੰ ਯਾਤਰਾ ਨਾਲ ਮਿਲਣ ਵਾਲਾ ਛੂਟ ਕੀਤਾ ਸਰਕਾਰ ਨੇ ਬੰਦ ਆਈਬੀਪੀਐਸਸੀ ਕਲਰਕ 2020 2557 ਕਲਰਕਾਂ ਦੀਆਂ ਭਰਤੀਆਂ ਲਈ ਅਪਲਾਈ ਕਰਨ ਲਈ ਆਨਲਾਈਨ ਇੱਕ ਹੋਰ ਮੌਕਾ ਹੁਣ ਪਾਸਪੋਰਟ ਬਣਾਉਣ ਵਾਲਿਆਂ ਦੇ ਖੰਗਾਲੇ ਜਾਣਗੇ ਪੂਰੇ ਰਿਕਾਰਡ ਸਿੱਧੂ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਅਗਲਾ ਮੁੱਖ ਮੰਤਰੀ 57ਵੇਂ ਜਨਮ ਦਿਨ ਤੇ ਮੌਕੇ ਲੋਕਾਂ ਨੇ ਕੀਤੀ ਅਰਦਾਸ ਹਰ ਮਹੀਨੇ 1 ਰੁਪਿਆ ਦੇ ਕੇ ਖਰੀਦੋ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸਕੀਮ 2 ਲੱਖ ਦਾ ਮਿਲੇਗਾ ਬੀਮਾ ਜਾਨੋ ਸੂਰਤ ਸਰਕਾਰ ਨੇ ਸ਼ੁਰੂ ਕੀਤੀ 10000 ਕਰੋੜ ਦੀ ਨਵੀਂ ਯੋਜਨਾ ਕਰੋੜਾਂ ਪਿੰਡ ਵਾਸੀਆਂ ਨੂੰ ਮਿਲਣੀਆਂ ਬੁਨਿਆਦੀ ਸਹੂਲਤਾਂ 1 ਜੁਲਾਈ ਨੂੰ ਜਾਨਕੀ ਅੱਜ ਹੋਵੇਗਾ ਵੱਡਾ ਫੈਸਲਾ ਵਿਧਾਨ ਸਭਾ ਸੈਸ਼ਨ ਮੰਗਰੋ ਕਿਸਾਨ ਜਥੇਬੰਦੀਆਂ ਦਾ ਹੋਵੇਗਾ ਐਲਾਨ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਤੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ